ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਕਾਰਯੋਕ ਸਾਧ ਸੰਗਤ ਜੀਓ ਜੋ ਕੇ ਸਮੇਂ ਦੇ ਅੰਦਰ ਜਿਵੇਂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਹੈ ਕਈ ਐਸੇ ਦੁਸ਼ਟ ਵਿਅਕਤੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਆ ਉਹ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਇਥੋਂ ਤੱਕ ਉਹਨਾਂ ਅੰਗਾਂ ਦੇ ਉੱਤੇ ਆਪਣੇ ਚਾਕੂ ਵੀ ਚਲਾਏ ਆ ਤੇ ਅਗਨੀ ਭੇਟ ਵੀ ਕੀਤੇ ਆ ਪਰ ਇਹੋ ਜਿਹੜੇ ਅਗਿਆਨੀ ਲੋਕੀ ਹੈਗੇ ਉਹ ਇਹ ਨਹੀਂ ਜਾਣਦੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਪੀ ਦਾ ਜਿਹੜਾ ਦੁੱਖ ਰੂਪ ਖੰਜਰ ਹੈ ਉਹ ਮਾਹ ਪੁਰਖਾਂ ਦੇ ਸੀਨੇ ਵਿੱਚ ਕਿ째 ਵਿੱਚ ਜੁਬਦਾ ਹੈਗਾ ਇਸ ਦੀ ਇੱਕ ਵਿਚਾਰਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿਹੜੇ ਮਾਹ ਪੁਰਖ ਹੁੰਦੇ ਆ ਉਹ ਗਰਬਾਣੀ ਦੇ ਨਾਲ ਅਪੇਧ ਹੁੰਦੇ ਆ ਇਹ ਜਿਹੜੀ ਅਪੇਧਤਾ ਹੈ ਉਹਨਾਂ ਮਾਹ ਪੁਰਖਾਂ ਦਾ ਇਸ ਸਰਗਣ ਰੂਪ ਹੈ ਪਰਮੇਸ਼ਰ ਦਾ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਗਾਂ ਦੀ ਜਿਹੜੀ ਵਿਅਦਬੀ ਹੈਗੀ ਆ ਉਹ ਮਹਾਪੁਰਖਾਂ ਨੂੰ ਕਿੱਡੀ ਵੱਡੀ ਚੋਬ ਦੇਂਦੀ ਆ ਇਹ ਤਾਂ ਜਿਹੜਾ ਹੈਗਾ ਆਮ ਸੰਸਾਰੀ ਬੰਦਾ ਜਾਣ ਨਹੀਂ ਸਕਦਾ ਪਰ ਹਾਂ ਉਹ ਹੀ ਕੁਝ ਚੰਦ ਵਿਅਕਤੀ ਜਾਣਦੇ ਆ ਜਿਹੜੇ ਮਹਾਪੁਰਖਾਂ ਦੀ ਸੇਵਾ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਵਾਰ ਹਨਾ ਪੁੱਜੋ ਵਾਲੇ ਮਹਾਪੁਰਖ ਸੰਤ ਮਹਾਪੁਰਖ ਬਾਬਾ ਹਰਨਾਮ ਸਿੰਘ ਜੀ ਇਹ ਮਹਾਪੁਰਖ ਜਿਹੜੇ ਸੀਗੇ ਆਪਣੇ ਆਸਣ ਤੇ ਬੈਠੇ ਸੀਗੇ ਜਦੋਂ ਬਾਬਾ ਮਹਾ ਹਰਨਾਮ ਸਿੰਘ ਜੀ ਆਪਣੇ ਆਸਣ ਤੇ ਬੈਠੇ ਸੀਗੇ ਅਚਨਚੇਤ ਆਪਣੇ ਆਸਣ ਤੋਂ ਥੱਲੇ ਡਿੱਗ ਪਏ ਜਦ ਥੱਲੇ ਡੇਗੇ ਤੇ ਇਹਨਾਂ ਨੇ ਆਵਾਜ਼ ਮਾਰੀ ਵੀ ਕੋਈ ਹੈ ਉਸ ਟਾਈਮ ਸੰਤ ਨਾਰਾਇਣ ਸਿੰਘ ਜੀ ਸੀਗੇ ਉਹ ਜਦ ਦੌੜ ਕੇ ਆਏ ਤੇ ਫੁਰਸੇਵਰ ਅਰ ਵੀ ਇਕੱਠੇ ਹੋਏ ਸੰਤ ਨੇ ਕਿਹਾ ਵੀ ਇਦਾਂ ਕਰੋ ਇੱਕ ਹਨ ਬਰਤਨ ਲੈ ਕੇ ਉਹ ਜਲਦੀ ਦੇ ਨਾਲ ਜਦ ਉਹ ਬਰਤਨ ਲਿਆਂਦਾ ਤਾਂ ਮਹਾਂਪੁਰਖਾਂ ਨੇ ਉਸ ਬਰਤਨ ਦੇ ਵਿੱਚ ਜੱਥੋਕਿਆ ਤੇ ਮੂੰਹ ਦੇ ਵਿੱਚੋਂ ਖੂਨ ਜਿਹੜਾ ਸੀ ਉਹ ਨਿਕਲਿਆ ਜਦ ਖੂਨ ਨਿਕਲਿਆ ਸੰਤ ਨੇ ਪੁੱਛਿਆ ਇਹ ਕੀ ਆ ਕਹਿੰਦੇ ਮਹਾਂਪੁਰਖੋ ਵੀ ਇਹ ਖੂਨ ਆ ਮਹਾਂਪੁਰਖਾਂ ਨੇ ਲੇ ਕੇ ਖੂਨ ਨੇ ਹੋਰ ਵੀ ਜ਼ਿਆਦਾ ਧਿਆਨ ਨਾਲ ਦੇਖੋ ਜਦ ਦੇਖਿਆ ਤਾਂ ਸੰਤ ਮਹਾਂਪੁਰਖ ਬਾਬਾ ਮਹਾਰਨਾਮ ਸਿੰਘ ਦੇ ਮੁਖ ਤੋਂ ਜਿਹੜਾ ਖੂਨ ਨਿਕਲਿਆ ਸੀਗਾ ਨਾ ਉਸ ਖੂਨ ਦੇ ਵਿੱਚ ਕਾਗਜ਼ ਦੇ ਪੱਤਰੇ ਸੀ ਜਦ ਕਾਗਜ਼ ਦੇ ਟੁਕੜੇ ਸਗੇ ਤੇ ਇਹਨਾਂ ਟੁਕੜਿਆਂ ਦੇਖ ਕੇ ਤੇ ਸੰਤ ਨਰੈਣ ਸਿੰਘ ਸੰਗਤ ਹਰਿਆਣਾਂ ਰਹਿ ਗਈ ਸੀ ਤੇ ਕਹਿਣ ਲੱਗੇ ਮਹਾਂਪੁਰਖੋ ਇਹ ਕੀ ਤੇ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਕਹਿੰਦੇ ਵੀ ਸਾਡੇ ਲਾਗੇ ਬੱਚ ਲੱਗਦਾ ਕਿਸੇ ਨੇ ਧੰਗੁਰ ਗ੍ਰਾਮ ਸਾਹਿਬ ਮਰਾਂ ਦੀ ਬਿਆਦਵੀ ਕਰ ਦਿੱਤੀ ਆ ਤੇ ਗੁਰੂਗ੍ਰਾਮ ਸਾਹਿਬ ਜਿਹੜੇ ਆਂਗੋਂ ਆਹਨ ਉਹ ਚਾਕੂ ਦੇ ਨਾਲ ਕੱਟ ਕੇ ਜਿਹੜੇ ਆ ਉਹਦੇ ਕੁਤਰੇ ਕਰਕੇ ਜਿਹੜੇ ਉੱਪਰੇ ਸੈਟ ਦਿੱਤੇ ਆ ਤੋ ਉਹ ਹੀ ਜਿਹੜੇ ਫਟੇ ਹੋਏ ਕਾਗਜ਼ ਸੀ ਬਾਬਾ ਮਹਾਰ ਨਾਮ ਸਿੰਘ ਉਹਨਾਂ ਦੇ ਖੂਨ ਦੇ ਨਾਲ ਅੰਦਰੋਂ ਨਿਕਲੇ ਸੀ ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਮਹਾਰ ਨਾਮ ਸਿੰਘ ਜੀ ਜਿਹੜੇ ਸੀ ਬੋਹੋਸ਼ ਹੋ ਗਏ ਸੀ ਜਦ ਬੋਹੋਸ਼ ਹੋ ਕੇ ਡਿੱਗ ਪਏ ਸੀ ਕਿ ਫੇਰ ਉਹਨਾਂ ਨੂੰ ਕੋਈ ਸੁਰਤ ਨਹੀਂ ਆਈ ਪਰ ਉਸ ਟਾਈਮ ਫਿਰ ਸੰਗਤ ਬਹੁਤ ਘਬਰਾ ਗਈ ਸੀ ਫਿਰ ਨੇ ਇੱਕ ਪੁੱਛਿਆ ਵੀ ਹੁਣ ਕੀ ਹੋ ਸਕਦਾ ਹੈਗਾ ਫਿਰ ਜੱਕਦਮ ਸੰਗਤ ਨੇ ਸਲਾਹ ਕੀਤੀ ਕਿ ਵੀ ਹੋਰ ਤਾਂ ਕੋਈ ਨਹੀਂ ਮਹਾਂਪੁਰਖਾਂ ਦੇ ਲਾਗੇ ਜਾ ਸਕਦਾ ਨਾ ਕੋਈ ਪਤਾ ਕਰ ਸਕਦਾ ਹੈਗਾ ਤੇ ਸੰਗਤ ਨੇ ਸਲਾਹ ਕੀਤੀ ਵੀ ਕਿਉਂ ਨਾ ਬਾਬਾ ਨਨਸੂਹਣਾ ਦੇ ਪਾਸ ਜਾ ਕੇ ਬੇਨਤੀ ਕੀਤੀ ਜਾਵੇ ਪਰ ਉਸ ਟਾਈਮ ਪਤਾ ਲੱਗਾ ਕਿ ਬਾਬਾ ਨਨਸੂਹਣੇ ਉਹਨਾਂ ਸਮੇਂ ਦੇ ਵਿੱਚ ਮਾਝੇ ਦੇ ਵਿੱਚ ਗਏ ਸਗੇ ਜਦ ਮਾਝੇ ਦੇ ਸਿੱਖੀ ਦਾ ਪ੍ਰਚਾਰ ਕਰਨ ਗਏ ਸੀ ਤਾਂ ਫੇ ਉਸ ਟਾਈਮ ਸਾਰੀ ਸੰਗਤ ਨੇ ਸਲਾਹ ਕਰਕੇ ਮੁਰਸ਼ੀ ਨੂੰ ਜਿਹੜਾ ਸਗਾ ਉਹ ਫੇ ਮਾਝੇ ਸੰਤ ਬਾਬਾ ਨਨਸਿੰਘ ਹੁਣਾ ਨੂੰ ਇਹ ਸਨੇਹਾ ਦੇਣ ਵਾਸਤੇ ਭੇਜਿਆ ਸੀ ਜੋ ਜਦ ਫੇ ਮੁਰਸ਼ੀ ਜਿਹੜਾ ਸਗਾ ਹਨ ਉਹ ਮਾਝੇ ਪਹੁੰਚਿਆ ਸਗਾ ਤੇ ਜਿਸ ਜਗ੍ਹਾ ਸੰਤਮਾਪੁਰਖ ਮਾਝੇ ਦੇ ਵਿਚਕਾਰ ਜਾ ਕੇ ਰੋਕੇ ਸਗੇ ਤੇ ਉੱਥੇ ਜਿਹੜਾ ਸਗਾ ਮਹੰਸੀ ਸੰਤ ਬੱਬਾ ਨਾ ਸੁਹਣਾ ਨੂੰ ਮਿਲਿਆ ਸਗਾ ਤੇ ਸੰਤ ਬੱਬਾ ਨਾ ਸੁਣ ਪਹਿਲਾਂ ਖਬਰ ਹੋ ਗਈ ਸੀ ਕਿ ਅੱਜ ਭਾਈ ਸਾਡਾ ਹਨਾ ਸਵੇਰੇ ਜਦੋਂ ਅਸੀਂ ਨੇਮ 'ਚ ਬੈਠੇ ਸਗੇ ਤੇ ਸਾਡਾ ਨੇਮ ਦੇ ਵਿੱਚ ਮਨ ਜਿਹੜਾ ਸਗਾ ਚੰਗੀ ਤਰ੍ਹਾਂ ਨਹੀਂ ਲੱਗਾ ਹੈਗਾ ਲੱਗਦਾ ਹੈ ਕੋਈ ਨਾ ਕੋਈ ਐਸੀ ਘਟਨਾ ਵਾਪਰ ਗਈ ਆ ਇਸ ਕਰਕੇ ਅਗਰ ਕੋਈ ਪ੍ਰੇਮੀ ਕਿਸੇ ਵੀ ਪਾਸੋਂ ਖਾਸ ਕਰਕੇ ਪੁੱਜੋ ਸਾਹ ਤੋਂ ਆਵੇ ਤਾਂ ਸਾਨੂੰ ਖਬਰ ਕਰ ਦੇਣੇ ਪਰ ਬਾਕੀ ਜਦ ਮੁੰਸ਼ੀ ਪਹੁੰਚਾ ਸੀਗਾ ਤੇ ਫਿਰ ਸੇਵਕਾਂ ਨੇ ਬਾਬਾ ਨੰਸੋਂ ਹੁਣਾਂ ਦੱਸਿਆ ਸੀਗਾ ਕਿ ਇੱਕ ਪ੍ਰੇਮੀ ਜਿਹੜਾ ਮੁੰਸ਼ੀ ਆ ਉਹ ਪੁੱਜੋ ਤੋਂ ਆਇਆ ਹੈਗਾ ਤੇ ਫਿਰ ਬਾਬਾ ਨੰਸੋਂ ਹੁਣਾਂ ਨੇ ਜਦ ਉਸ ਨੂੰ ਅੰਦਰ ਬੁਲਾਇਆ ਉਹਨੇ ਫਿਰ ਰੋਕੇ ਦੱਸਿਆ ਸੀਗਾ ਕਿ ਕਿਵੇਂ ਸੰਤ ਮਾ ਮਹਾਰਾਉ ਸਿੰਘ ਜਿਹੜੇ ਸੀ ਅਜ ਆਸਣ ਤੋਂ ਥੱਲੇ ਡੇਗ ਪਏ ਤੇ ਉਹਨਾਂ ਦੇ ਮੂੰਹ ਚੋਂ ਖੂਨ ਆਇਆ ਤੇ ਖੂਨ ਦੇ ਵਿੱਚ ਜਿਹੜੇ ਸੀਗੇ ਉਹ ਕਾਗਜ਼ ਦੇ ਟੁਕੜੇ ਨਿਕਲੇ ਆ ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਜੀ ਨੇ ਆਖਿਆ ਇਸ ਸੰਤਾਂ ਦੇ ਇਸ ਇਲਾਕੇ ਦੇ ਵਿੱਚ ਕਿਸੇ ਦੁਸ਼ਟ ਨੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਿਆਦਵੀ ਕੀਤੀ ਆ ਤੇ ਇਹਦੇ ਅੰਗਾਂ ਨੂੰ ਉਹਨੇ ਆਪਣੇ ਚਾਕੂ ਦੇ ਨਾਲ ਜਿਹੜੇ ਸੀ ਛੋਟੇ-ਛੋਟੇ ਟੁਕੜੇ ਕਰਕੇ ਸੁੱਟ ਦਿੱਤੇ ਆ ਪਰ ਫਿਰ ਬਾਬਾ ਜੀ ਕਹਿਣ ਲੱਗੇ ਵੀ ਚਲੋ ਕੋਈ ਨਹੀਂ ਹੁਣ ਆਪਾਂ ਦੇਖਦੇ ਆ ਤੇ ਸਾਰੇ ਉਸੇ ਟਾਈਮ ਇਕੱਠੇ ਹੋ ਗਏ ਫਿਰ ਪੁੱਜੋ ਪਹੁੰਚੇ ਸੀ ਜਦ ਪੁੱਜੋ ਪਹੁੰਚੇ ਕੀ ਦੇਖਿਆ ਬਾਬਾ ਮਹਾਰਾਜ ਨੂੰ ਹੁਣ ਜਿਸ ਤਰ੍ਹਾਂ ਨੀਂਬੋਛੀ ਦੀ ਹਾਲਤ ਵਿੱਚ ਜਿਵੇਂ ਡਿਗੇ ਪੈਸੀ ਉਸ ਤਰ੍ਹਾਂ ਹੀ ਲੰਮੇ ਪੈਸੀ ਫਿਰ ਜਾ ਕੇ ਬੱਬਨਾਂਸ ਹੁਣਾਂ ਨੇ ਜਿਹੜਾ ਸੀ ਪਹਿਲਾਂ ਤਾਂ ਫਿਰ ਪੈਰਾਂ ਦੇ ਵਿੱਚ ਜਿਸੀ ਕੇ ਦਿਨ ਆੜ ਜੜੀਆਂ ਤਲੀਆਂ ਚ ਅਸੀਂ ਆ ਸੀਗੀਆਂ ਤੇ ਸਿਰ ਦੇ ਵਿੱਚ ਜਿਸੀ ਕੇ ਪਾਇਆ ਸਗਾ ਉਸ ਤੋਂ ਬਾਅਦ ਇਹ ਜਿਹੜੀ ਬਹੋਸ਼ੀ ਸੀ ਇਹ ਬਹੋਸ਼ੀ ਜਿਹੜੀ ਸੀ ਕਿ ਫਿਰ ਬਾਬਾ ਨਾਨਕ ਸੁਹਣਾ ਨੇ ਬਾਬਾ ਮਹਾਰਨਾ ਸੁਹਣਾ ਦੀ ਦੂਰ ਕੀਤੀ ਸੀ ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਮਹਾਰਨਾ ਸੁਹਣਾ ਜਿਹੜੇ ਸੀਗੇ ਇਹ ਫਿਰ ਜਦ ਹੋਸ਼ ਚ ਆਏ ਸੀਗੇ ਤੇ ਉਸ ਟਾਈਮ ਫਿਰ ਇਹਨਾਂ ਨੇ ਦੱਸਿਆ ਸਗਾ ਕਿ ਭਾਈ ਕਿਸੇ ਨੇ ਬਹੁਤ ਵੱਡੀ ਕਤਾਈ ਕੀਤੀ ਆ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਵਿਅਦਿਵੀ ਕਰ ਦਿੱਤੀ ਆ ਪਰ ਦੇਖੋ ਇਸ ਵਿਅਦਿਵੀ ਦਾ ਅਸਰ ਜਿਹੜੇ ਮਾਪੋਰਖ ਧੰਗ ਗੁਰਗਰਾ ਸਾਹਿਬ ਮੰਨਣਾ ਭੇਦਵਾ ਉਹਨਾਂ ਦੇ ਉੱਤੇ ਸਿੱਧਾ ਹੀ ਪੈ ਜਾਂਦਾ ਹੈਗਾ ਇਸ ਕਰਕੇ ਸੰਤਾਂ ਨੂੰ ਦੇਖ ਦੇਣ ਵਾਲੇ ਇਹੋ ਜਿਹੇ ਜੜੇ ਦੋਸ਼ੀ ਆ ਹਨ ਕਹਿੰਦੇ ਵੀ ਉਹ ਕਦੀ ਮਾਫ ਨਹੀਂ ਹੁੰਦੇ ਤੇ ਇਹੋ ਜਿਹੇ ਦੋਸ਼ੀਆਂ ਨੂੰ ਵੱਡੇ ਵੱਡੇ ਨਰਕਾਂ ਦੇ ਵਿੱਚ ਸੱਟ ਕੇ ਜਿਹੜੇ ਫਿਰ ਉਬਲਦੀਆਂ ਕੜਾਹਿਆਂ ਦੇ ਵਿੱਚ ਉਬਾਲਿਆ ਜਾਂਦਾ ਹੈਗਾ ਤੋਂ ਐਸੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ 84 ਨਰਕ ਭੋਗ ਕੇ ਫਿਰ ਇਹਨਾਂ ਦੀ ਜਿਹੜੀ ਜਿਜੂਨੀ 84 ਲੱਖ ਦੇ ਵਿੱਚ ਉਹਦੇ ਵਿੱਚ ਪਾਤ ਆ ਜਾਂਦਾ ਹੈ ਐਸੀ ਕੋਰ ਸਜ਼ਾ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਆ ਇਸੇ ਤਰ੍ਹਾਂ ਦੇਖੋ ਭੇਤਤਾ ਦੀ ਨਿਸ਼ਾਨੀ ਆ ਬਾਬਾ ਜਵਾਲਾ ਸਿੰਘ ਹੁਣੇ ਜਿਹੜੇ ਸੀ ਉਹ ਵੀ ਬਲ ਕੋਰ ਸਰਬ ਵਿਆਕ ਕੋ ਪਰਮੇਸ਼ਰ ਵਾਂਗੂ ਭੇਤਤਾ ਦੇ ਵਿੱਚ ਸੀਗੇ ਇੱਕ ਵਾਰੀ ਦੱਸਦੇ ਇੱਕ ਪ੍ਰੇਮੀ ਜਦ ਬਾਬਾ ਜਵਾਲਾ ਸੁਹਣਾ ਦੇ ਅਸਥਾਨ ਤੇ ਉਤੇ ਜਦ ਉਹਨੇ ਦੀਗ ਤਿਆਰ ਕੀਤੀ ਸੀ ਸਵੇਰੇ ਅਮਰ ਦੇ ਵੇਲੇ ਜਦ ਦੀਗ ਤਿਆਰ ਕੀਤੀ ਤੇ ਗਰਮ ਦੀਗ ਲੈ ਕੇ ਉਹ ਜਿਹੜਾ ਪ੍ਰੇਮੀ ਸੀਗਾ ਹੰਦਰਵਾਰ ਸਾਹਿਬ ਦੇ ਵਿੱਚ ਆ ਗਿਆ ਸਲਾਂ ਜਦ ਦਰਬਾਰ ਸਾਹਿਬ ਦੇ ਵਿੱਚ ਆਇਆ ਤੇ ਉਸ ਟਾਈਮ ਜਦੋਂ ਉਹ ਪ੍ਰੇਮੀ ਨੇ ਉਹ ਗਰਮ ਦੀਗ ਨੂੰ ਜਿਹੜਾ ਸੀਗਾ ਉਹ ਜਦ ਭੋਗ ਲਵਾਇਆ ਜਦ ਭੋਗ ਲਵਾਤਾ ਤੇ ਉਸ ਤੋਂ ਬਾਅਦ ਫਿਰ ਜਦ ਭੋਗ ਲਵਾ ਕੇ ਮੁੜ ਕੇ ਫੇਰ ਬਾਬਾ ਜਵਾਲਾ ਸੁੰਨ ਦੇ ਕਮਰੇ ਤੇ ਗਿਆ ਤਾਂ ਕੀ ਦੇਖਿਆ ਬਾਬਾ ਜਵਾਲਾ ਸੁੰਨ ਜਿਹੜੇ ਸੀ ਉਹ ਆਪਣੇ ਆਸਣ ਤੇ ਬੈਠੇ ਹੋਏ ਸੀ ਪਰ ਆਸਣ ਤੇ ਬੈਠੇ ਹੋਏ ਸੀ ਤੇ ਪਰ ਉਹਨਾਂ ਦਾ ਜਿਹੜਾ ਮੂੰਹ ਸੀਗਾ ਹਨਾ ਜੀਬ ਸੀਗੀ ਸਾਰੀ ਜੀਬਾ ਦੇ ਉੱਤੇ ਛਾਲੇ ਆ ਗਏ ਸੀਗੇ ਸਰੀਰ ਤੇ ਛਾਲੇ ਪੈ ਗਏ ਸੀ ਜਦ ਇਹ ਛਾਲੇ ਦੇਖ ਕੇ ਕੋਈ ਪ੍ਰੇਮੀ ਬੜਾ ਡਰ ਕੇ ਨਾ ਮਹਾਂਪੁਰਖ ਨੂੰ ਪੁੱਛਾ ਬਾਬਾ ਜੀ ਕੀ ਹੋਇਆ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਪ੍ਰੇਮੀ ਆ ਤੂੰ ਅੱਜ ਗਰਮ ਜਿਹੜੀ ਦੇਖ ਸੀ ਉਹਨੂੰ ਗਰਮ ਗਰਮ ਭੋਗ ਲਵਾਤਾ ਜਿਸ ਕਰਕੇ ਸਾਡੇ ਸਰੀਰ ਤੇ ਸਾਡੀ ਜੀਵ ਤੇ ਛਾਲੇ ਹੋ ਗਏ ਆ ਤੋਂ ਉਸ ਤੋਂ ਬਾਅਦ ਉਹ ਪ੍ਰੇਮੀ ਜਿਹੜਾ ਸੀ ਡਰ ਗਿਆ ਸੀਕਰ ਉਹਨੇ ਫਿਰ ਮਾਫੀ ਮੰਗੀ ਸੀਗੀ। ਤਾਂ ਸੰਗਤਾਂ ਨੂੰ ਫਿਰ ਪਤਾ ਲੱਗਾ ਕਿ ਸੰਤ ਜਵਾਲਾ ਸੁਹਣੀ ਆਪ ਸਰਬ ਵਿਆਕੁਪ ਪਰਮੇਸ਼ਰ ਵਾਂਗੂ ਭੇਦਵਾ। ਇਸ ਕਰਕੇ ਉਸ ਤੋਂ ਬਾਅਦ ਫਿਰ ਸੰਗਤ ਨੂੰ ਸੋਝੀ ਆਈ ਵੀ ਜਦੋਂ ਵੀ ਅਸੀਂ ਦੀਗ ਨੂੰ ਭੋਗ ਲਗਾਉਣਾ ਸ੍ਰੀ ਸਾਹਿਬ ਦੇ ਨਾਲ ਤਾਂ ਉਸ ਟਾਈਮ ਜਿਹੜੀ ਦੀਗ ਹੈਗੀ ਉਹ ਠੰਡੀ ਹੋਣੀ ਚਾਹੀਦੀ ਹੈ। ਗਰਮ ਦੀਗ ਨੂੰ ਕਦੀ ਭੋਗ ਨਹੀਂ ਲਾਉਣਾ ਹੈਗਾ। ਤੇ ਦੀਗ ਨੂੰ ਉਦੋਂ ਭੋਗ ਲਾਉਣਾ ਹੈਗਾ ਕਿ ਜਦੋਂ ਦੀਗ ਜਿਹੜੀ ਆ ਕੋਸੀ ਹੋਵੇ। ਬੈਸੀ ਗਰਮ ਦੇਗ ਨੂੰ ਕਦੀ ਭੋਗ ਨਹੀਂ ਲਵਾਉਣਾ ਗਰਮ ਦੇਗ ਨੂੰ ਲਾਇਆ ਭੋਗ ਜਿਹੜਾ ਭੇਦਤਾ ਮਾਹ ਪੁਰਖਾ ਉਹਨਾਂ ਦੇ ਉੱਤੇ ਛਾਲੇ ਪਾ ਦਿੰਦਾ ਹੈਗਾ ਇਸੇ ਤਰ੍ਹਾਂ ਇਹ ਕਰੀ ਬਬਨਾਂ ਸੁਹਣੀ ਉਹ ਜਿਆਦਾ ਕਰੀ ਇਸ਼ਨਾਨ ਕਰਨ ਲੱਗੇ ਸੀ ਜਿਆਦਾ ਇਸ਼ਨਾਨ ਕਰਨ ਲੱਗੇ ਤਾਂ ਆਪ ਸੰਗਤਾਂ ਜਾਣੀਆਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਧਿਆਨ ਉਹ ਬਬਨਾਂ ਸੁਹਣੀ ਹਰ ਟਾਈਮ ਆਪਣੇ ਦਿਲ ਦਿਮਾਗ ਦੇ ਵਿੱਚ ਰੱਖਦੇ ਹੁੰਦੇ ਸੀ ਜਿਆ ਸੰਗਤ ਇਸ਼ਨਾਨ ਕਰਉਣ ਲੱਗੀ ਸੀ ਤੋ ਉਸ ਟਾਈਮ ਜਦੋਂ ਬਬਨ ਨਾ ਸੋਹਣਾ ਦੇ ਉੱਤੇ ਪਾਣੀ ਦੀਆਂ ਗਾਗਰਾਂ ਪਾਈਆਂ ਸੀਗੀਆਂ ਤੇ ਇੱਕ ਪ੍ਰੇਮੀ ਨੇ ਕੀ ਦੇਖਿਆ ਕਿ ਸੱਚਖੰਡ ਵਿੱਚ ਜਿਹੜੇ ਸਰੂਪ ਰੱਖੇ ਸੀ ਉਹਨਾਂ ਸਰੂਪਾਂ ਦੇ ਵਿੱਚੋਂ ਜਲ ਬਹਿਰ ਨਿਕਲਿਆ ਸੀ ਜਦ ਨਿਕਲਿਆ ਸੀ ਸਰੂਪ ਸਾਰੇ ਗਿੱਲੇ ਹੋ ਗਏ ਤੇ ਥੱਲੋਂ ਸੱਚਖੰਡ ਦੇ ਵਿੱਚੋਂ ਕਮਰੇ 'ਚ ਪਾਣੀ ਜਦ ਬਾਹਰ ਆਉਣ ਲੱਗਾ ਪ੍ਰੇਮੀ ਦੇਖ ਕੇ ਡਰ ਗਿਆ ਵੀ ਇਹ ਕਿ ਕਮਰੇ 'ਚ ਪਾਣੀ ਕਿਵੇਂ ਆ ਗਿਆ ਉਹਨੇ ਫੜਫੜ ਜਾ ਕੇ ਜਿਹੜਾ ਸੀ ਉਹ ਸੱਚਖੰਡ ਦਾ ਦਰਵਾਜ਼ਾ ਖੋਲ੍ਹ ਅੰਦਰ ਦੇਖਿਆ ਅੰਦਰ ਪਾਣੀ ਪਾਣੀ ਉਹ ਘਬਰਾ ਗਿਆ ਉਹ ਕਬਰਾਂ ਦੇ ਬਾਹਰ ਪਜਾ ਨੇ ਰੋਲੀ ਪਾਤੀ ਭਾਈ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਚੋਂ ਪਾਣੀ ਨਿਕਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਚੋਂ ਪਾਣੀ ਨਿਕਲ ਰਿਹਾ ਹੈਗਾ ਜਦ ਰੋਲੀ ਪਈ ਸੰਗਤ ਇਕੱਠੀ ਹੋ ਗਈ ਸਭ ਹੈਰਾਨ ਹੋ ਗਏ ਕਿ ਪਾਣੀ ਕਿੱਥੋਂ ਆ ਗਿਆ ਪਰ ਜਦੋਂ ਇਹ ਖਬਰ ਬੱਬਾ ਨਾਸੂ ਹੁਣਾਂ ਨੂੰ ਦਿੱਤੀ ਗਈ ਤੇ ਬੱਬਾ ਨਾਸੂ ਵੀ ਹੁਣੀ ਕਹਿਣ ਅੱਛਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਚੋਂ ਪਾਣੀ ਫਿਰ ਕਹਿਣ ਲੱਗੇ ਅੱਛਾ ਇਹ ਕਿਵੇਂ ਹੋ ਗਿਆ ਪਰਫਿਮਾਂ ਦੇ ਕਰਨ ਲੱਗਿਓ ਹੋਹ ਕਹਿੰਦੇ ਵੀ ਅਸੀਂ ਜਦੋਂ ਇਸ਼ਨਾਨ ਕਰਨ ਲੱਗੇ ਸੀਗੇ ਤੇ ਸਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪੂਰੀ ਤਰ੍ਹਾਂ ਟਿਕ ਗਿਆ ਸੀ ਜਿਉਂ ਕਹ ਲੋ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਧੰਬਾ ਬੰਨਾ ਸੁਹਣੀ ਉਸ ਟਾਈਮ ਇੱਕ ਹੋ ਗਿਆ ਸੀ ਤੇ ਇੱਕ ਤਾਂ ਪਹਿਲਾਂ ਹੀ ਸੀ ਪਰ ਕਈ ਵਾਰ ਧਿਆਨ ਦੇ ਵਿੱਚ ਇੱਕਮਕਤਾ ਇੰਨੀ ਗੂੜhta ਹੋ ਜਾਂਦੀ ਆ ਕਿ ਬਾਬਾ ਨਾ ਸੁਣ ਦੱਸ ਸਕਾ ਕਿ ਜਦੋਂ ਸਾਡੇ ਤੇ ਇਹ ਅਵਸਥਾ ਆਈ ਹੈ ਤੇ ਜਦੋਂ ਤੁਸੀਂ ਸਾਡੇ ਤੇ ਪਾਣੀ ਪਾਉਂਦੇ ਸੀ ਜਿੱਥੇ ਅਸੀਂ ਇਸ਼ਨਾਨ ਕਰਦੇ ਸੀਗੇ ਤੇ ਸਾਡੇ ਨਾਲ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਇਸ਼ਨਾਨ ਕਰਨ ਲੱਗ ਪਏ ਸੀਗੀ ਇਹ ਐਸੀ ਅਪੇਧਤਾ ਦੀ ਨਿਸ਼ਾਨੀ ਹੈਗੀ ਆ ਇਸ ਕਰਕੇ ਭਾਈ ਜਿਹੜੇ ਸਰਵ ਵਿਆਪਕ ਮਾਂ ਪਰ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਵੇਦ ਹੁੰਦੇ ਆ ਤੇ ਇਹ ਭੇਦ ਤਾਂ ਉਹਨਾਂ ਦੇ ਉੱਤੇ ਜਿਵੇਂ ਕਿਸੇ ਦਾ ਕੋਈ ਭਾਵ ਹੈ ਅਗਰ ਕੋਈ ਮੰਦੀ ਭਾਵਨਾ ਦੇ ਨਾਲ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਗਰਵਾਣੀ ਦਾ ਨਰਾਦਰ ਕਰੇ ਤੇ ਫਿਰ ਸੰਤਾਂ ਦੇ ਉੱਤੇ ਜਿਹੜਾ ਹੈਗਾ ਇਸ ਦਾ ਦੁਸ਼ਟ ਪ੍ਰਨਾਮ ਨਿਕਲਦਾ ਹੈਗਾ ਕਿਵੇਂ ਸੰਤਾਂ ਮਹਾਪੁਰਖਾਂ ਨੂੰ ਤਕਲੀਫ ਹੁੰਦੀ ਆ ਪਰ ਅਗਰ ਕੋਈ ਭਾਵਨੀ ਕਰਕੇ ਗੁਰਗ੍ਰੰਥ ਸਾਹਿਬ ਜੀ ਦੀ ਸੇਵਾ ਕਰੇ ਚੌਰ ਸਾਬ ਕਰੇ ਗੁਰਗ੍ਰੰਥ ਸਾਹਿਬ ਮਹਾਰਾਜ ਨੂੰ ਮੱਥੇ ਟੇਕੇ ਤੇ ਇਹ ਮੱਥੇ ਤੇ ਚੌਰ ਸਾਬ ਜਿਹੜੇ ਉਹ ਸੰਤਾਂ ਦੇ ਉੱਤੇ ਆਪਣੇ ਆਪ ਹੀ ਹੋਣ ਲੱਗ ਪੈਂਦੇ ਆ ਜਿਹੜੇ ਸੰਤ ਮਹਾਪੁਰਖ ਗੁਰਗ੍ਰੰਥ ਸਾਹਿਬ ਮਹਾਰਾਜ ਨੇ ਅਭੇਦ ਹੁੰਦੇ ਆ ਇਸ ਕਰਕੇ ਇਸ ਗੱਲ ਦਾ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਮਰਜ ਪ੍ਰਗਟ ਗੁਰਾਂ ਕੀ ਦੇਹ ਹੈ ਤੇ ਪ੍ਰਗਟ ਗੁਰਾਂ ਕੀ ਦੇਹ ਜਿਹੜੇ ਸਾਧੂ ਸੰਤ ਮਹਾਤਮਾ ਇਸ ਗਰਵਾਣੀ ਦੇ ਨਾਲ ਭੇਦਵਾ ਗਰਵਾਣੀ ਨਾਲ ਜੁੜੇ ਹੋਏ ਆ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਅਸਰ ਪੈਂਦਾ ਹੈਗਾ ਹਾਂ ਇਹ ਗੱਲ ਵੱਖਰੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਰੂਪ ਆ ਪਰ ਸੰਤ ਮਹਾਪੁਰਖ ਜਿਹੜੇ ਹੈ ਉਹ ਪੰਜਾਂ ਤਤਾਂ ਦੇ ਵਿੱਚ ਹੁੰਦੇ ਹੋਏ ਵੀ ਗਰਵਾਣੀ ਵਿੱਚ ਭੇਦ ਹੁੰਦੇ ਆ ਇਸ ਕਰਕੇ ਭੇਤਤਾ ਦੇ ਕਾਰਨ ਉਹ ਜਿਹੜੇ ਮਹਾਪੁਰਖ ਹੁੰਦੇ ਆ ਉਹ ਦੇਹ ਤੋਂ ਰਹਿਤ ਹੋ ਜਾਂਦੇ ਦੇਹ ਬਹੀਨ ਹੋ ਜਾਂਦੇ ਆ ਜੇ ਤਾਂ ਦੇਵਹੀਨ ਹੁੰਦੇ ਆ ਤਾਂ ਆਪਾਂ ਫਿਰ ਦੇਖਦੇ ਆ ਫਿਰ ਜਿਹੜੇ ਕਈ ਸੱਜਣ ਮਹਾਂਪੁਰਖਾਂ ਦੀ ਫੋਟੋ ਲੈਂਦੇ ਆ ਤੇ ਉਹਨਾਂ ਦੀ ਫੋਟੋ ਫਿਰ ਉਹਨਾਂ ਦੇ ਕੈਮਰੇ 'ਚ ਕੈਦ ਨਹੀਂ ਹੁੰਦੀ ਕਿਉਂ ਕਿਉਂਕਿ ਫਿਰ ਉਹਨਾਂ ਦਾ ਜਿਹੜਾ ਸਰੀਰ ਆ ਪੰਜਾਂ ਤਤਾਂ ਤੋਂ ਰਹਿਤ ਹੋ ਜਾਂਦਾ ਕੇਵਲ ਭਾਸਦਾ ਹੈ ਪਰ ਅਸਲ ਦੇ ਵਿੱਚ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ ਪੰਜਾਂ ਤਤਾਂ ਤੋਂ ਰਹਿਤ ਹੋ ਗਏ ਕੇਵਲ ਸ਼ਬਦ ਰੂਪ ਹੋ ਜਾਂਦੇ ਉਹਨਾਂ ਦੇ ਅੰਦਰ ਕੇਵਲ ਗਰਬਾਣੀ ਤੇ ਗਰਬਾਣੀ ਦਾ ਹੀ ਰੂਪ ਬਣ ਜਾਂਦਾ ਹੈਗਾ ਤੇ ਉਹਨਾਂ ਨੂੰ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੀ ਪ੍ਰਵਾਨ ਹੋ ਜਾਂਦਾ ਹੈ ਕਿਉਂਕਿ ਦੋਵੇਂ ਇੱਕ ਦੂਸਰੇ ਨਾਲ ਅਪੇਦ ਹੁੰਦੇ ਆ ਸੋ ਇਹ ਜਿਹੜੇ ਅਪੇਦਮਾ ਪੁਰਖ ਹੁੰਦੇ ਆ ਉਹ ਹੀ ਇਸ ਸੰਸਾਰ ਦੇ ਉੱਤੇ ਪਰਪਕਾਰ ਕਰਦੇ ਆ ਤੇ ਸੰਸਾਰੀ ਲੋਕਾਂ ਦਾ ਭਲਾ ਕਰਦੇ ਆ ਆਪ ਤਾਂ ਮੁਕਤ ਹੁੰਦੇ ਸੰਸਾਰ ਨੂੰ ਵੀ ਮੁਕਤ ਕਰਦੇ ਆ ਸੋ ਦਾਸ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕਾ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ